ਬਾਰਿਸ਼ ਪੈਣੀ, ਬਾਰਿਸ਼ਾਂ ਸਗੋਂ ਬਿਮਾਰੀਆਂ ਦੂਰ ਹੋਣਗੀਆਂ ਔਰ ਖਾਂਸੀ ਖਾਂਸੀ ਤੋਂ ਰਾਹਤ ਮਿਲੇਗੀ ਲੋਕਾਂ ਨੂੰ ਔਰ ਬਾਕੀ ਬਹੁਤ ਵਧੀਆ ਮੌਸਮ ਰਹੇਗਾ ਅੰਮ੍ਰਿਤਸਰ ਦਾ। ਬਾਰਿਸ਼ ਇੱਕ ਅੱਧੀ ਹੋਰ ਪੈਣੀ ਚਾਹੀਦੀ ਸਗੋਂ, ਬਾਕੀ 1:30 ਵਜੇ ਅੱਜ ਹਨੇਰਾ ਹੋਇਆ, ਇੰਨਾ ਹਨੇਰਾ ਕਦੇ ਵੇਖਿਆ ਨਹੀਂ, ਪਹਿਲੀ ਵਾਰੀ ਵੇਖਿਆ ਕਿ 1:30 ਵਜੇ ਇੰਨਾ ਹਨੇਰਾ। ਪਹਿਲੀ ਬਰਸਾਤ ਹੈ ਜਿਹੜਾ ਇਸ ਨਾਲ ਖੁਸ਼ਕੀ ਜਿਹੜਾ ਖੁਸ਼ਕ ਮੌਸਮ ਤੇ ਖੁਸ਼ਗਵਾਰ ਹੋਇਆ ਹੀ ਹੈ, ਇਸ ਨਾਲ ਜਿਹੜੀਆਂ ਬਿਮਾਰੀਆਂ ਨਜ਼ਰਾਂ ਜੁਕਾਮ ਵੀ ਆ ਉਸ ਨੂੰ ਵੀ ਹੱਲ ਪਵੇਗੀ ਕਿਉਂਕਿ ਬਾਰਿਸ਼ ਹੋ ਚੁੱਕੀ ਆ। ਸਰਦੀਆਂ ਦੇ ਕੱਪੜੇ ਜਿਹੜੇ ਸਾਨੂੰ ਆਉਣੇ ਚਾਹੀਦੇ ਨੇ ਤਾਂ ਜੋ ਸਾਡੀ ਸਿਹਤ ਵਧੀਆ ਰਹੇ, ਰੋਈ ਰਹੇ। ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਮੌਸਮ ਦੀ ਜਿਹੜੀ ਕਰਵਟ ਬਦਲੀ ਸੀ ਬਹੁਤ ਹੀ ਵਧੀਆ ਗਿਆ ਜੀ। ਅਸੀਂ ਅੱਜ ਇੱਥੇ ਆਏ ਸੀ ਜੀ ਭਾਜੀ ਕੋਲ ਪਨੀਰਪੁਰ ਜੀ ਦੇ 4 ਦਿਨ ਲਈ, ਇੱਕ ਤਾਂ ਬਿਜਲੀਆਂ ਦੁਬਾਰਾ ਆ ਗਈ ਕਿਉਂਕਿ ਮੌਸਮ ਇੱਕਦਮ ਹੀ ਪਹਿਲੇ ਜਿਵੇਂ ਸ਼ਾਮ ਦੇ 8 ਵੱਜ ਚੁੱਕੇ ਲੇਕਿਨ ਟਾਈਮ ਅਜੇ 1 ਹੀ ਵੱਜਿਆ ਜੀ। ਠੀਕ ਹੈ, ਬਹੁਤ ਹੀ ਵਧੀਆ ਆਨੰਦਮਈ ਮੌਸਮ ਹੋ ਗਿਆ, ਇੱਕ ਕੱਪ ਚਾਹ ਦਾ ਹੋਰ ਆਪਾਂ ਆਰਡਰ ਕਰਦੇ ਹਾਂ ਜਦੋਂ। ਮੈਂ ਨਾਮ ਅਮਰਿੰਦਰ ਸਿੰਘ ਹੈ। ਹਾਂਜੀ, ਜਿਹੜਾ ਅਚਾਨਕ ਮੌਸਮ ਤਬਦੀਲ ਹੋਇਆ ਕੀ ਕਹਿਣਾ ਚਾਹੋਗੇ ਜੀ? ਵੇਖੋ ਜੀ, ਇਹ ਦਸਤੂਰ ਹੈ, ਸੁਪਰ ਸਿਸਟਮ ਚੱਲਦਾ ਆ ਰਿਹਾ, ਗਰਮੀ ਤੋਂ ਬਾਅਦ ਸਰਦੀ ਆਉਣੀ, ਸਰਦੀ ਤੋਂ ਬਾਅਦ ਗਰਮੀ ਆਉਣੀ, ਪਰ ਅੱਜ ਜਿਹੜੀ ਸਾਡੇ ਮੌਸਮ ਵਿਭਾਗ ਵੱਲੋਂ ਇੱਕ ਅਫੀਸ਼ੀਅਲ ਅਨਾਊਂਸਮੈਂਟ ਹੋਈ ਹੈ, ਮੌਸਮ ਨੇ ਆਪਣੀ ਕਰਵਟ ਬਦਲੀ ਹੈ ਅਤੇ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ। ਮੈਨੂੰ ਸਕੂਲ ਦੇ ਟਾਈਮ ਯਾਦ ਆ ਰਿਹਾ ਸੀਗਾ ਕਿ ਸਕੂਲ ਟਾਈਮ ਜਦੋਂ ਇਹੋ ਜਿਹਾ ਮਾਹੌਲ ਹੁੰਦਾ ਸੀਗਾ ਸਾਨੂੰ ਮਨ ਕਰਦਾ ਸੀਗਾ ਕਿ ਅਗਲੇ ਦਿਨ ਤੱਕ ਵੀ ਇਤਨਾ ਹੀ ਪਿੰਡ ਰਹੇ, ਛੁੱਟੀ ਹੋ ਜੇ, ਪਰ ਅੱਜ ਕੱਲ੍ਹ ਤਾਂ ਵੈਸੇ ਸਕੂਲ ਤੋਂ ਮਨ ਨੇ ਬੱਚਿਆਂ ਨੂੰ ਉਹ ਜਿਹਾ ਹਾਲਾਤ ਨਹੀਂ, ਪਰ ਖੁਸ਼ੀ ਦੀ ਗੱਲ ਹੈ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ, ਗਰਮੀ ਦਾ ਮਿਜ਼ਾਜ ਮਿਲੀ ਹੈ ਅਤੇ ਸਰਦੀ ਦਾ ਮੌਸਮ ਦੀ ਆਗਾਜ਼ ਹੋਇਆ।